ਦੋਸਤੋ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਮੁੰਡਾ ਯੁੱਧਵੀਰ ਮਾਣਕ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਜੀ ਹਾਂ, ਜੈਜੀਵੀ ਤੇ ਯੁੱਧਵੀਰ ਮਾਣਕ ਨੇ ਲਾਈਵ ਹੋ ਕੇ ਦੱਸਿਆ ਕਿ ਉਹਨਾਂ ਦੋਨਾਂ ਦੀ ਐਲਬਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਤਾਂ ਚਲੋ ਦੋਸਤੋ, ਤੁਹਾਨੂੰ ਲੈ ਚੱਲਦੇ ਹਾਂ ਪਹਿਲਾਂ ਉਸ ਵੀਡੀਓ ਵੱਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਯੁੱਧਵੀਰ ਮਾਣਕ। ਮੈਂ ਅਗਲੀ ਟੇਪ ਲੈ ਕੇ ਆ ਰਿਹਾ ਤੇ ਉਮੀਦ ਕਰਦਾ ਤੁਸੀਂ ਸਾਰੇ ਪਿਆਰ ਪਾਓਗੇ ਉਹਨੂੰ ਤੇ ਫੋਲੋ ਕਰੋ ਸਾਰਿਆਂ ਨੂੰ ਆਪਣੇ ਕਾਹਦੇ ਤੇ ਸਨੈਪਚੈਟ ਤੇ ਹਾਂਜੀ ਫੇਸਬੁੱਕ ਤੇ ਵੀ ਫੋਲੋ ਕਰੋ ਹਾਂਜੀ ਤੇ ਟਵਿੱਟਰ ਉਹ ਜਿਹੜੀ ਚਿੜੀ ਜੀ ਹੁੰਦੀ ਆ ਹਾਂਜੀ ਟਵਿੱਟਰ ਤੇ ਵੀ ਫੋਲੋ ਕਰੋ ਤੇ ਅੱਜ ਕੱਲ੍ਹ ਕੀ ਚੱਲਦਾ ਹੋ ਜਾਂਦੇ ਟਿਕਟੋਕ ਤੇ ਵੀ ਇੰਸਟਾਗ੍ਰਾਮ ਤੇ ਵੀ ਸਾਰੇ ਜਾਣੇ ਕਹਿੰਦੇ ਉੱਥੇ ਅਪਡੇਟਸ ਦੇਵਾਂਗੇ ਨਵੀਆਂ ਹਾਂਜੀ ਉੱਥੇ ਅਪਡੇਟਸ ਦੇਵਾਂਗੇ ਨਵੀਆਂ ਹਾਂ ਜੋ ਵੀ ਜੀ ਸਟੂਡੀਓ ਦਾ ਜੋ ਵੀ ਆਪਾਂ ਕਰ ਰਹੇ ਹਾਂ ਬਹੁਤ ਜਲਦੀ ਟੇਪ ਲੈ ਕੇ ਆ ਰਹੇ ਹਾਂ ਜਲਦੀ ਯੁੱਧਵੀਰ ਮਾਣਕ ਸਾਰੇ ਜਣੇ ਫੋਲੋ ਕਰੋ ਜੀ ਅਫੀਸ਼ੀਅਲ ਆਈ ਡੀ ਹੈ ਬਾਈ ਦੀ ਇਹ ਯੁੱਧਵੀਰ ਮਾਣਕ ਐਵਰੀਬਡੀ ਮੇਕ ਸ਼ੋਰ ਯੂ ਫੋਲੋ ਮਾਈ ਲਿਟਲ ਬ੍ਰੋ ਯੈਸ ਯੈਸ। ਦੋਸਤੋ, ਜੈਜੀ ਬੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਸਨ ਤੇ ਜਿਹਨਾਂ ਦੇ ਗੁਜਰਨ ਤੋਂ ਬਾਅਦ ਜੈਜੀ ਬੀ ਨੇ ਹੀ ਯੁੱਧਵੀਰ ਮਾਣਕ ਦੀ ਦੇਖਰੇਖ ਕੀਤੀ ਤੇ ਹੁਣ ਜਿਸ ਤੋਂ ਬਾਅਦ ਇਹਨਾਂ ਦੋਨਾਂ ਦੀ ਇੱਕ ਨਵੀਂ ਐਲਬਮ ਬਹੁਤ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਜੈਜੀ ਬੀ ਅਕਸਰ ਯੁੱਧਵੀਰ ਮਾਣਕ ਦੇ ਘਰੇ ਉਹਨਾਂ ਨੂੰ ਮਿਲਣ ਜਾਂਦੇ ਰਹਿੰਦੇ ਹਨ ਤੇ ਉਹਨਾਂ ਦੀ ਦੇਖਰੇਖ ਦਾ ਵੀ ਪੂਰਾ ਧਿਆਨ ਰੱਖਦੇ ਹਨ। ਦੋਸਤੋ, ਯੁੱਧਵੀਰ ਮਾਣਕ ਤੇ ਜੈਜੀ ਬੀ ਦੀ ਇਸ ਐਲਬਮ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।